ਮੈਂ ਅਰਦਾਸ 1 ਅਤੇ ਅਰਦਾਸ 2 ਦੇਖੀ ਹੈ ਸੋ ਆਈ ਨਿਊ ਵਟ ਆਮ ਕਮਿੰਗ ਫੋਰ ਬਟ ਇਸ ਫਿਲਮ ਦੀ ਇਮੋਸ਼ਨਲ ਕੁਸ਼ਨ ਡੈਫੀਨੇਟਲੀ ਸੀਗਾ ਤੁਸੀਂ ਕੁਝ ਸਿੱਖ ਕੇ ਜਾਂਦੇ ਹੋ ਕਾਰ ਬਟ ਇਸ ਫਿਲਮ ਦੀ ਇੱਕ ਬਾਤ ਹੈ ਇਹਦੀ ਰਾਈਟਿੰਗ ਬਹੁਤ ਹੀ ਸਟਰੋਂਗ ਹੈ ਬਹੁਤ ਹੀ ਥੋਟਫੁੱਲ ਹੈ ਪੰਜਾਬੀ ਫਿਲਮ ਕਰਨਾ ਚਾਹੁੰਦੇ ਹੋ ਤਾਂ ਕਿਹਨਾਂ ਨਾਲ ਕਰਨਾ ਚਾਹੁੰਦੇ ਹੋ ਕਿਉਂਕਿ ਅਸੀਂ ਦੇਖਣਾ ਚਾਹੁੰਦੇ ਹਾਂ ਤੁਹਾਨੂੰ ਪੰਜਾਬੀ ਫਿਲਮ ਦੇ ਵਿੱਚ ਮੈਂ ਪੰਜਾਬੀ ਫਿਲਮ ਮੇਰੀ ਵਿਸ਼ ਲਿਸਟ ਹੈਗੀ ਬਟ ਜਦੋਂ ਪੂਰੀ ਹੋਏਗੀ ਤਾਂ ਮੈਂ ਦੱਸਾਂ ਸੋ ਫਿਲਮ ਅਰਦਾਸ ਦੇਖਣ ਦੇ ਲਈ ਸਾਡੇ ਨਾਲ ਮਨਾਰਾ ਚੋਪੜਾ ਹੈਗੇ ਨੇ ਮਨਾਰਾ ਇੱਥੇ ਪਹੁੰਚੇ ਨੇ ਸੋ ਮਨਾਰਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਹਿਲੀ ਗੱਲ ਤਾਂ ਤੁਸੀਂ ਅੱਜ ਫਿਲਮ ਦੇਖਣ ਆਏ ਹੋ ਬੜੇ ਪਿਆਰੇ ਲੱਗ ਰਹੇ ਹੋ ਐਂਡ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸੋ ਮਚ ਥੈਂਕ ਯੂ ਫੋਰ ਦ ਵਾਰਮ ਵੈਲਕਮ ਥੈਂਕ ਯੂ ਸੋ ਮਨਾਰਾ ਤੁਸੀਂ ਹੁਣੇ ਦੱਸ ਕੇ ਹਟਿਓ ਕਿ ਤੁਸੀਂ ਪਹਿਲੀ ਸਕਰੀਨਿੰਗ ਹੈ ਜਿਹੜੀ ਪੰਜਾਬ ਦੇ ਵਿੱਚ ਅਟੈਂਡ ਕੀਤੀ ਹੈ ਅੱਜ ਸੋ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਪਹਿਲਾਂ ਤਾਂ ਐਂਡ ਯੂ ਆਰ ਬਲੈਸਡ ਕਿ ਤੁਸੀਂ ਅਰਦਾਸ ਮੂਵੀ ਦੇ ਨਾਲ ਹੀ ਅੱਜ ਸਕਰੀਨਿੰਗ ਪਹਿਲੀ ਦੇਖੀ ਹੈ ਆਈ ਮੀਨ ਪ੍ਰੀਮੀਅਰ ਤੇ ਆਏ ਹੋ ਥੈਂਕ ਯੂ ਸੋ ਮਚ ਜੀ ਤੁਸੀਂ ਕਿਹਾ ਮੈਂ ਬਲੈਸਡ ਆ ਤੇ ਆਫ ਕੋਰਸ ਇਟ ਮਸਟ ਬੀ ਅ ਵੈਰੀ ਬਿਗ ਥਿੰਗ ਐਂਡ ਆਈ ਆਲਵੇਸ ਬਿਲੀਵ ਆਮ ਅ ਗੋਡਸ ਚਾਈਲਡ ਤੇ ਵਾਹਿਗੁਰੂ ਜੀ ਦੇਖ ਲੈਂਗੇ ਮਨਾਰਾ ਨੂੰ ਕੀ ਕਰਨਾ ਹੈ ਐਂਡ ਆਮ ਵੈਰੀ ਹੈਪੀ ਆਈ ਵਾਸ ਹੇਅਰ ਫੋਰ ਦ ਟਾਈਮਸ ਇਵੈਂਟ ਵੇਅਰ ਆਈ ਵਾਸ ਅ ਸ਼ੋ ਸਟਾਪਰ ਯੈਸਟਰਡੇ ਐਂਡ ਟੁਡੇ ਆਮ ਅਟੈਂਡਿੰਗ ਦ ਸਕਰੀਨਿੰਗ ਸੋ ਲੈਟਸ ਸੀ ਸੋ ਅਰਦਾਸ ਫਿਲਮ ਪੂਰਾ ਪੈਕੇਜ ਸੀਗਾ ਇੱਕ ਇੱਕ ਪੁਆਇੰਟ ਤੇ ਇੱਕ ਇੱਕ ਸਟੈਪ ਤੇ ਕੋਈ ਨਾ ਕੋਈ ਮੈਸੇਜ ਸੀਗਾ ਅੱਖ ਜਿਹੜੀ ਆ ਇੱਕ ਇੱਕ ਸਟੈਪ ਤੇ ਚੋਈ ਅੱਜ ਸਾਰਿਆਂ ਦੀ ਸਾਰੇ ਰੋਏ ਡੈਫੀਨੇਟਲੀ ਤੁਸੀਂ ਵੀ ਬੜੇ ਇਮੋਸ਼ਨਲ ਹੋਏ ਹੋਵੋਗੇ ਕਿਉਂਕਿ ਫਿਲਮ ਬਹੁਤ ਬਹੁਤ ਜ਼ਿਆਦਾ ਇਮੋਸ਼ਨਲ ਕਰ ਰਹੀ ਸੀਗੀ ਬਹੁਤ ਸਾਰੀਆਂ ਅਸੀਂ ਫਿਲਮਾਂ ਦੇਖਦੇ ਹਾਂ ਜਿਨ੍ਹਾਂ ਦੇ ਵਿੱਚ ਇੱਕ ਵਾਰੀ ਹੰਝੂ ਆ ਗਏ ਦੋ ਵਾਰੀ ਆ ਗਏ ਬਸ ਇਸ ਤੋਂ ਜ਼ਿਆਦਾ ਨਹੀਂ ਲੇਕਿਨ ਅੱਜ ਲਈ ਖਾਸ ਫਿਲਮ ਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਤੁਸੀਂ ਕਿੰਨੀ ਵਾਰ ਇਮੋਸ਼ਨਲ ਹੋਏ ਕਿਉਂਕਿ ਹਰ ਇੱਕ ਪੈਡ 'ਤੇ ਮੈਸੇਜ ਸੀਗਾ ਸੋ ਮੈਂ ਅਰਦਾਸ 1 ਅਤੇ ਅਰਦਾਸ 2 ਦੇਖੀ ਹੈ ਸੋ ਆਈ ਨਿਊ ਵਟ ਆਮ ਕਮਿੰਗ ਫੋਰ ਬਟ ਇਸ ਫਿਲਮ ਦੀ ਇਮੋਸ਼ਨਲ ਕੁਸ਼ਨ ਡੈਫੀਨੇਟਲੀ ਸੀਗਾ ਤੁਸੀਂ ਕੁਝ ਸਿੱਖ ਕੇ ਜਾਂਦੇ ਹੋ ਕਾਰ ਬਟ ਇਸ ਫਿਲਮ ਦੀ ਇੱਕ ਬਾਤ ਹੈ ਇਹਦੀ ਰਾਈਟਿੰਗ ਬਹੁਤ ਹੀ ਸਟਰੋਂਗ ਹੈ ਬਹੁਤ ਹੀ ਥੋਟਫੁੱਲ ਹੈ ਜਿਹੜੀਆਂ ਜਿਹੜੀਆਂ ਤੁੱਕਾਂ ਬੋਲੀਆਂ ਜਾ ਰਹੀਆਂ ਸੀਗੀਆਂ ਜਿਹੜੀ ਲਾਈਨਸ ਗੁਰਪ੍ਰੀਤ ਘੁੱਗੀ ਦੇ ਵੱਲੋਂ ਡਿਲੀਵਰ ਕੀਤੀਆਂ ਜਾ ਰਹੀਆਂ ਸੀ ਤੁਹਾਨੂੰ ਸਾਰੀ ਸਮਝ ਆ ਰਹੀ ਸੀ ਮੈਨੂੰ ਪੂਰੀ ਸਮਝ ਆਉਂਦੀ ਹੈ ਮੋਸਟਲੀ 99% ਆਈ ਅੰਡਰਸਟੈਂਡ ਪੰਜਾਬੀ ਇੱਕ ਦੋ ਵਰਡਸ ਹੁੰਦੇ ਨੇ ਜੋ ਬੜੇ ਪੇਂਡੂ ਹੁੰਦੇ ਨੇ ਉਹ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਦਿੱਲੀ ਦੀ ਕੁੜੀ ਹਾਂ ਤੁਸੀਂ ਪੰਜਾਬੀ ਫਿਲਮ ਕਰਨਾ ਚਾਹੁੰਦੇ ਹੋ ਤਾਂ ਕਿਹਨਾਂ ਨਾਲ ਕਰਨਾ ਚਾਹੁੰਦੇ ਹੋ ਕਿਉਂਕਿ ਅਸੀਂ ਦੇਖਣਾ ਚਾਹੁੰਦੇ ਹਾਂ ਤੁਹਾਨੂੰ ਪੰਜਾਬੀ ਫਿਲਮ ਦੇ ਵਿੱਚ ਮੈਂ ਪੰਜਾਬੀ ਫਿਲਮ ਮੇਰੀ ਵਿਸ਼ ਲਿਸਟ ਹੈਗੀ ਬਟ ਜਦੋਂ ਪੂਰੀ ਹੋਏਗੀ ਤਾਂ ਮੈਂ ਦੱਸਾਂ ਮਤਲਬ ਤੁਸੀਂ ਪੰਜਾਬੀ ਇੰਡਸਟਰੀ 'ਚ ਓਨਲੀ ਇੰਟਰਸਟਿਡ ਹੋ ਬਿਕੋਜ਼ ਯੂ ਡੈਫੀਨੇਟਲੀ ਡੈਫੀਨੇਟਲੀ ਆਈ ਕੀਪ ਸਪੀਕਿੰਗ ਟੂ ਅ ਲੋਟ ਆਫ ਐਕਟਰਸ ਹੇਅਰ ਐਂਡ ਆਈ ਲਵ ਦ ਵਰਕ ਐਦਰ ਦੀ ਐਕਟਰਸ ਐਕਟ ਵੀ ਕਰ ਸਕਦੇ ਨੇ ਗਾਣਾ ਵੀ ਗਾ ਸਕਦੇ ਨੇ ਨੱਚ ਵੀ ਸਕਦੇ ਨੇ ਐਂਡ ਨਾਓ ਦਿਸ ਵਿਦ ਦਿਸ ਫਿਲਮ ਆਈ ਸੀ ਯੂ ਨੋ ਗਿੱਪੀ ਸਰ ਹੈਜ਼ ਈਵਨ ਰਿਟਨ ਦ ਫਿਲਮ ਡਾਇਰੈਕਟਡ ਦ ਫਿਲਮ ਸੋ ਵਟ ਨਾਟ ਇਟਸ ਸੱਚ ਅ ਬੂਮਿੰਗ ਇੰਡਸਟਰੀ ਸੋ ਪ੍ਰਿਯੰਕਾ ਔਰ ਪਰਿਨੀਤੇ ਦੇ ਨਾਲ ਵੀ ਪੰਜਾਬੀ 'ਚ ਗੱਲ ਕਰਦੇ ਹੁੰਦੇ ਹੋ ਡੈਫੀਨੇਟਲੀ ਡੈਫੀਨੇਟਲੀ ਜੀ ਡੈਫੀਨੇਟਲੀ ਕਰਦੀ ਹਾਂ ਸੋ ਕੁਝ ਖਾਸ ਕਹਿਣਾ ਚਾਹੁੰਦੇ ਹੋ ਪੰਜਾਬੀਆਂ ਦੇ ਬਾਰੇ ਪੰਜਾਬੀ ਇੰਡਸਟਰੀ ਦੇ ਬਾਰੇ ਅੱਜ ਦੀ ਫਿਲਮ ਦੇਖਣ ਤੋਂ ਬਾਅਦ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਬਹੁਤ ਲੱਕੀ ਮੰਨਦੀ ਹਾਂ ਆਪਣੇ ਆਪ ਨੂੰ ਕਿ ਅਰਦਾਸ ਫਿਲਮ ਮੈਂ ਪਹਿਲੀ ਸਕਰੀਨਿੰਗ ਪੰਜਾਬ ਵਿੱਚ ਅਟੈਂਡ ਕਰੀ ਅਤੇ ਵਿੱਚ ਮੀਨਸ ਵਾਹਿਗੁਰੂ ਜੀ ਦੀ ਮਿਹਰ ਹੈ ਅਤੇ ਤੁਸੀਂ ਬਸ ਮੇਰੇ ਲਈ ਪ੍ਰੇ ਕਰਦੇ ਜਾਓ ਕਿ ਮੈਂ ਤੁਹਾਡੇ ਸਾਹਮਣੇ ਚੰਗਾ ਚੰਗਾ ਕੰਮ ਪ੍ਰਜੈਂਟ ਕਰਾਂ ਜਿਹੜਾ ਵੀ ਕੰਮ ਕਰੀਆਂ ਹਿੱਟ ਹੋਏ ਐਂਡ ਤੁਸੀਂ ਬਸ ਮੇਰੇ ਲਈ ਆਪਣੀ ਗੁੱਡ ਵਿਸ਼ਿਸ਼ ਵਿੱਚ ਮਨਾਰਾ ਨੂੰ ਯਾਦ ਕਰੋ ਥੈਂਕ ਯੂ ਮਨਾਰਾ ਥੈਂਕ ਯੂ ਜੀ